ਦੁਬਈ 'ਚ ਫਸੀ ਤਰਨ ਤਰਨ ਦੀ ਕੁੜੀ ਬੀਤੇ ਦਿਨੀ ਵਾਪਸ ਭਾਰਤ ਪਰਤ ਆਈ ਹੈ। ਘਰੇਲੂ ਕੰਮ ਦੇ ਝਾਂਸੇ 'ਚ ਆ ਕੇ ਮੁਟਿਆਰ ਨੂੰ ਜਦ ਅੱਗੇ ਵੇਚੇ ਜਾਣ ਦਾ ਪਤਾ ਲੱਗਾ ਤਾਂ ਉਸਨੇ ਤੁਰੰਤ ਭਾਰਤੀ ਵਿਦੇਸ਼ ਮੰਤਰਾਲੇ ਨੂੰ ਉੱਥੋਂ ਕੱਢਣ ਦੀ ਅਪੀਲ ਕੀਤੀ। ਜਾਣਕਾਰੀ ਮੁਤਾਬਕ ਤਰਨ ਤਰਨ ਦੀ ਸਿਮਰਜੀਤ ਕੌਰ ਕੇਰਲਾ ਦੇ ਇਬਰਾਹਿਮ ਨਾਂ ਦੇ ਟਰੈਵਲ ਏਜੰਟ ਰਾਹੀਂ ਕੰਮਕਾਜ ਦੀ ਭਾਲ ਲਈ ਦੁਬਈ ਗਈ ਸੀ। ਸਿਮਰਜੀਤ 3 ਦਿਨ ਪਹਿਲਾਂ 26 ਜੁਲਾਈ ਨੂੰ ਉੱਥੇ ਪੁੱਜੀ ਅਤੇ ਉਦੋਂ ਉਸਨੂੰ ਪਤਾ ਲੱਗਾ ਕਿ ਟਰੈਵਲ ਏਜੰਟ ਉਸਨੂੰ ਉੱਥੋਂ ਕਿਤੇ ਹੋਰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਲੜਕੀ ਨੇ ਤੁਰੰਤ ਆਪਣੇ ਪਰਿਵਾਰ ਨਾਲ ਸੰਪਰਕ ਸਾਧਿਆ ਅਤੇ ਪਰਿਵਾਰ ਨੇ ਪਿਛਲੇ 3 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਅਤੇ ਲੜਕੀ ਨੂੰ ਭਾਰਤ ਵਾਪਸ ਲਿਆਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਦੁਬਈ ਤੋਂ ਵਾਪਸ ਪਰਤੀ ਸਿਮਰਜੀਤ ਨੇ ਆਪਣੇ ਨਾਲ ਹੋਈ ਹੱਡਬੀਤੀ ਸੁਣਾਈ ਹੈ, ਜਦਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜੈਨਟਰ ਬਹੁਤ ਗਲਤ ਸੀਗਾ, ਤਾਂ ਝੂਠ ਹੀ ਬੋਲਦਾ ਸੀਗਾ, ਕਹਿੰਦਾ ਸੀ ਆਪਣੇ ਪੇਰੈਂਟਸ ਨੂੰ ਕਹਿਣਾ ਕਿ ਤੁਸੀਂ ਇੱਥੇ ਠੀਕ ਠਾਕ ਹੋ, ਧਮਕੀਆਂ ਦਿੰਦਾ ਸੀਗਾ। ਕੰਮ ਕੁਛ ਨਹੀਂ, ਬਸ 3 ਦਿਨ ਰੱਖਿਆ ਉਹਨਾਂ ਮੈਨੂੰ ਕਿਸੇ ਦੇ ਘਰ, ਕਹਿੰਦੇ ਸੀ ਤੁਹਾਨੂੰ ਘਰ ਦੇ ਕੰਮ 'ਚ ਕਰਨਾ, ਬੇਬੀ ਸੰਭਾਲਣ 'ਚ। ਦੁਬਈ 'ਚ ਕਹਿੰਦੇ ਸੀ 25,000 ਦੇਵਾਂਗੇ, 25,000 ਉਹਨਾਂ ਨੇ ਮੰਮੀ ਨੇ ਕਾਲ ਕੀਤੀ ਸੀ ਤਾਂ ਮੈਂ ਮੰਮੀ ਨੂੰ ਦੱਸਤਾ ਸੀਗਾ ਕਿ ਸਹੀ ਨਹੀਂ ਹੈਗੇ, ਉਹ ਸਹੀ ਨਹੀਂ ਸੀਗੇ, ਨਾਲ ਲੱਗ ਗਿਆ ਸੀਗਾ ਮੈਨੂੰ ਪਤਾ। ਹੋਰ ਕਿੰਨੀ ਲੜਕੀਆਂ ਹੈਗੀਆਂ ਉੱਥੇ ਕੋਈ? ਉੱਥੇ ਲੜਕੀਆਂ ਕੋਈ ਨਹੀਂ ਹੈਗੀ, ਔਰ ਵੀ ਦੱਸਦੇ ਨਹੀਂ, ਬਾਕੀ ਨੇ ਜਾਣਾ ਹੋਊਗਾ ਔਰ ਕਿਤੇ ਗੱਲ ਗੁੱਲ ਕਰਦੇ ਪਏ ਉਹ ਕਿ ਜਾਣਾ, ਹਾਂਜੀ ਨਹੀਂ ਜਾਣਾ ਚਾਹੀਦਾ। ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਮੈਨੂੰ ਵਾਪਸ ਬੁਲਾਇਆ ਸੀ ਇਸਲਾਮ। ਮੈਂ ਤਾਂ ਉੱਥੇ 3 ਲੜਕੀਆਂ ਦੇਖੀਆਂ ਸੀ, ਔਰ ਗੁਰਜੀਤ ਜਨਾਨੀ ਹਾਂਜੀ, ਉਹਨਾਂ ਨੇ ਇਹੀ ਕਿਹਾ ਸੀਗਾ ਕਿ ਦੁਬਈ ਦੇ ਵਿੱਚ ਕੰਮ ਲਈ ਭੇਜਣਾ ਤੁਹਾਨੂੰ। ਜ਼ਿੰਮੇਵਾਰੀ ਜਿਹਦੇ ਵਿੱਚ ਅਸੀਂ ਜਾ ਕੇ ਇਹਦੀ ਸਟੇਟਮੈਂਟ 'ਤੇ FA ਨੰਬਰ 207 ਅੰਡਰ ਸੈਕਸ਼ਨ 353 120B ਅਤੇ 13 ਪ੍ਰੋਵਿੰਸ਼ਲ ਆਫ ਹਿਊਮਨ ਟ੍ਰੈਫਿਕਿੰਗ ਐਕਟ 3(4) SC ਐਕਟ ਦਰਜ ਕਰਕੇ ਪਰਚਾ ਦਰਜ ਕੀਤਾ। ਗੁਰਜੀਤ ਕੌਰ ਅਤੇ ਇੱਕ ਇਬਰਾਹਿਮ ਏਜੰਟ ਆ, ਗੁਰਜੀਤ ਕੌਰ ਕੀ ਪੰਡੋਰੀ ਗੋਲੇ ਦੀ, ਇਬਰਾਹਿਮ ਏਜੰਟ ਜਿਹੜਾ ਕੇਰਲਾ ਦਾ। ਗ੍ਰਿਫਤਾਰੀ ਹੋਈ ਨਹੀਂ ਹਜੇ, ਗ੍ਰਿਫਤਾਰੀ ਨਹੀਂ ਹੋਈ। ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।